ਸ਼ਹਿਰ ਦੇ ਸਾਈਮਨ ਦੇ ਸਾਹਮਣੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਪਤੀ ਪਤਨੀ ਦੀ ਬਿਜਲੀ ਦਾ ਕਰੰਟ ਲੱਗਣ ਦੇ ਚਲਦਿਆਂ ਮੌਤ ਹੋ ਗਈ ਜਦਕਿ ਉਹਨਾਂ ਦੇ ਬੱਚੇ ਨੂੰ ਬਚਾ ਲੈ ਗਿਆ ਉਹ ਕਰੰਟ ਲੱਗ ਗਿਆ ਜਿਹੜੇ ਉਤੋਂ ਵੀ ਤਾਰਾਂ ਲੰਘਦੀਆਂ ਸਾਨੂੰ ਤਾਂ ਇਹੀ ਸੀ ਉੱਥੇ ਬੱਚਾ ਖੇਡਦਾ ਸੀ ਬੱਚੇ ਨੂੰ ਹੇਠਾਂ ਉਤਾਰ ਗਏ ਸੀ ਤੇ ਵਿਚਾਰੇ ਲਪੇਟ ਚ ਆ ਗਈ ਇਹ ਬਹੁਤ ਖਤਰਨਾਕ ਹੈ ਤਾਰਾਂ ਬਹੁਤ ਜ਼ਿਆਦਾ ਪਹਿਲਾਂ ਵੀ ਇੱਥੇ ਨੁਕਸਾਨ ਹੋ ਚੁੱਕਿਆ ਕਈ ਸ਼ਹਿਰ ਚ ਤੇ ਇਹ ਤਾਰਾਂ ਬਾਰੇ ਸੋਚਣਾ ਚਾਹੀਦਾ ਮਾਨਸਾ ਤੋਂ ਜਗਦੀਸ਼ ਮਾਨਸਲ ਚੈਨਲ 2